हेलो फ्रेंड्स, वेलकम टू अनदर व्लॉग। ते आज आज बहुत ठंडा ते आज मैं ਤੁਹਾਡੇ ਵਾਸਤੇ ਲੈ ਕੇ ਆਈ ਹਾਂ ਇੱਕ ਨਵੀਂ ਰੈਸਪੀ। ਤੇ ਇਹ ਰੈਸਪੀ ਦਾ ਨਾਮ ਹੈਗਾ ਵਾ ਨਮਕ ਪਾਰੇ। ਆਜ ਸਾਰੇ ਆਪਾਂ ਮੱਕੀ ਬਣਾਈਏ। ਸਭ ਤੋਂ ਪਹਿਲਾਂ ਆਪਾਂ ਲਵਾਂਗੇ ਮੈਦਾ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਅਜਵਾਇਨ, ਥੋੜਾ ਜਿਹਾ ਆਪਾਂ ਪਾਵਾਂਗੇ ਨਮਕ। ਇਹਨੂੰ ਮਿਕਸ ਕਰ ਲਵਾਂਗੇ। ਇਹ ਹੁਣ ਥੋੜ੍ਹਾ ਜਿਹਾ ਹੋਰ ਬਣਾ ਕੇ ਇਹਦੇ ਵਿੱਚ ਪਾਵਾਂਗੇ ਆਪਾਂ ਘਿਓ, ਰਿਫਾਇੰਡ ਘਿਓ। 3-4 ਚਮਚ ਪਾ ਲਿਓ। ਇਹਨੂੰ ਹੁਣ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਕਿ ਆਪਣਾ ਜਿਹੜਾ ਮੈਦਾ ਵਾ ਉਹ ਪੂਰੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਘਿਓ ਵਿੱਚ। ਅਤੇ ਇਹ ਦੇਖੋ ਜਿਹੜਾ ਆਪਾਂ ਵਿੱਚ ਇਹਦੇ ਰਿਫਾਇੰਡ ਪਾਉਂਦੇ ਹਾਂ ਨਾ, ਉਹਦੇ ਨਾਲ ਕੀ ਹੁੰਦਾ ਵਾ ਜਿਹੜੀ ਆਪਣੀ ਮਟਰੀ ਬਣਾਈ ਦੀ ਆਪਾਂ ਉਹ ਕ੍ਰਿਸਪੀ ਬਣਦੀ ਆ। ਅਤੇ ਹੁਣ ਇਹ ਦੇਖੋ ਜਿੱਦਾਂ ਇਹ ਮੈਂ ਚੰਗੇ ਤਰੀਕੇ ਨਾਲ ਪੂਰਾ ਮਿਕਸ ਕਰ ਲਿਆ ਵਾ। ਅਤੇ ਹੁਣ ਦੇਖੋ ਇਹ ਜਿੱਦਾਂ ਆਪਣੀ ਇੱਕ ਮੁੱਠੀ ਵਿੱਚ ਇਸ ਤਰੀਕੇ ਨਾਲ ਬਣਦਾ ਵਾ, ਤਾਂ ਸਮਝੋ ਕਿ ਆਪਣਾ ਜਿਹੜਾ ਮੋਣ ਪਾਇਆ ਹੋਇਆ ਵਾ ਇਹ ਬਿਲਕੁਲ ਵਧੀਆ ਵਾ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਹਨੂੰ ਗੁੰਨ ਲਾਂਗੇ। ਥੋੜ੍ਹਾ ਥੋੜ੍ਹਾ ਹੀ ਪਾਈਓ। ਇਹ ਆਟਾ ਜਿਹੜਾ ਹੁੰਦਾ ਇਹਨੂੰ ਥੋੜ੍ਹਾ ਸਖਤ ਹੀ ਗੁੰਨੀ ਦਾ ਵਾ, ਸੋਫਟ ਨਹੀਂ ਗੁੰਨਣਾ ਇਹ। ਅਤੇ ਇਹ ਦੇਖੋ ਜਿਹੜੀ ਆਪਣੀ ਡੋ ਵਾ ਇਸ ਤਰੀਕੇ ਨਾਲ ਤੁਸੀਂ ਸਾਰੀ ਗੁੰਨਣੀ ਆ। ਇਹਨੂੰ ਚੰਗੇ ਤਰੀਕੇ ਨਾਲ ਗੁੰਨ ਲਿਓ। ਇਹ ਪੂਰੀ ਹਾਰਡ ਆ, ਸੋਫਟ ਨਹੀਂ ਹੈਗੀ, ਇਹ ਹਾਰਡ ਹੀ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ। 20 ਮਿੰਟ ਆਪਾਂ ਇਹਨੂੰ ਸਟੇ ਦੇ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਫਿਰ ਮਟਰੀ ਕੱਟ ਕਰਾਂਗੇ। ਲਓ ਜੀ, ਪੂਰੇ 20 ਮਿੰਟ ਹੋ ਚੁੱਕੇ ਆਪਣੇ ਆਟੇ ਨੂੰ। ਇਹ ਦੇਖੋ ਪੂਰੇ ਤਰੀਕੇ ਨਾਲ ਇਹ ਸੈੱਟ ਹੋ ਚੁੱਕਾ ਅਤੇ ਥੋੜ੍ਹਾ ਸੋਫਟ ਵੀ ਹੋ ਚੁੱਕਾ ਇਹ। ਅਤੇ ਹੁਣ ਆਪਾਂ ਇਹਦੀਆਂ ਛੋਟੀਆਂ ਛੋਟੀਆਂ ਲੋਈਆਂ ਕਰ ਲੈਂਦੇ ਹਾਂ, ਮਤਲਬ ਕਿ ਪੇੜੇ ਕਰ ਲੈਂਦੇ ਹਾਂ ਛੋਟੇ ਛੋਟੇ। ਇਹ ਦੇਖੋ ਇਸ ਆਟੇ ਨੂੰ ਇੱਦਾਂ ਤੁਸੀਂ ਰੋਲ ਕਰ ਲਓ ਅਤੇ ਹੁਣ ਛੋਟੇ ਛੋਟੇ ਪੇੜੇ ਲੈ ਲਾਂਗੇ ਇਹਦੇ ਆਪਾਂ। ਅਤੇ ਇਸ ਪੇੜੇ ਨੂੰ ਗੋਲ ਕਰ ਦਾਂਗੇ, ਗੋਲ ਕਰ ਲਾਂਗੇ। ਅਤੇ ਹੁਣ ਆਪਾਂ ਇਹਨੂੰ ਵੇਲਾਂਗੇ। ਪਹਿਲਾਂ ਥੋੜ੍ਹਾ ਜਿਹਾ ਹੱਥ ਨਾਲ ਸੈੱਟ ਕਰ ਲਿਓ, ਫਿਰ ਆਪਾਂ ਇਹਨੂੰ ਵੇਲ ਲਾਂਗੇ। ਅਤੇ ਫਿਰ ਆਪਾਂ ਇਹਨੂੰ ਵੇਲ ਦਾਂਗੇ। ਇਹਨੂੰ ਕੋਈ ਆਟਾ ਉੱਟਾ ਨਹੀਂ ਲਾਵਾਂਗੇ, ਸਿੱਧਾ ਇਹਨੂੰ ਵੇਲਣਾ ਹੀ ਆ। ਨਾ ਹੀ ਇਹ ਚਿਪਕਦਾ ਵੀ ਹੈ ਨਹੀਂ ਉਹ, ਕਿਉਂਕਿ ਇਹ 'ਚ ਤੇਲ ਪਾਇਆ ਹੋਇਆ। ਰੋਟੀ ਵਾਂਗੂ ਇਹਨੂੰ ਵੇਲ ਲਿਓ, ਰੋਟੀ ਜਿੰਨਾ ਹੀ ਪਤਲਾ, ਜਿੰਨਾ ਪਤਲਾ ਵੇਲ ਲਾਂਗੇ ਆਪਾਂ ਉੱਨੀ ਵਧੀਆ ਆਪਣੇ ਮਟਰ ਜਿਹੜੇ ਬਣਨਗੇ। ਇਸ ਤਰੀਕੇ ਨਾਲ ਆਪਣੀ ਜਿਹੜੀ ਵੇਲ ਚੁੱਕੀ ਆ ਰੋਟੀ, ਰੋਟੀ ਆਪਾਂ ਇਹਨੂੰ ਕਰਾਂਗੇ ਕੱਟ। ਅੱਧੇ ਅੱਧੇ ਇੰਚ ਦੇ ਨਿਸ਼ਾਨ ਲਾ ਲਿਓ, ਅੱਧੇ ਅੱਧੇ ਇੰਚ ਦੀ ਇਹਦੀ ਕਟਿੰਗ ਕਰ ਲਿਓ। ਮੰਮਾ ਨੇ ਬੋਲਿਆ ਨਿਸ਼ਾਨ ਲਾ ਲਿਓ, ਟੇਲਰਾਂ ਨੇ ਤਾਂ ਨਿਸ਼ਾਨ ਹੀ ਬੋਲਣਾ। ਇਸ ਤਰੀਕੇ ਨਾਲ ਤੁਸੀਂ ਸਾਰੀ ਆਪਣੀ ਮਟਰੀ ਕੱਟ ਕਰ ਲਿਓ। ਫਿਰ ਇਹਨੂੰ ਇਸ ਤਰੀਕੇ ਨਾਲ ਚੱਕ ਲੈਣਾ ਆਪਾਂ ਅਤੇ ਪਲੇਟ 'ਚ ਰੱਖੀ ਜਾਣਾ। ਇਹ ਜੁੜਦੀਆਂ ਨਹੀਂ, ਇਹ ਨਾ ਸਮਝਿਓ ਕਿ ਇਹ ਜੁੜਦੀਆਂ ਪਈਆਂ ਵਾ, ਕਿ ਆਪਾਂ ਇਹ ਜਦੋਂ ਆਪਾਂ ਫਰਾਈ ਕਰਾਂਗੇ ਇਹ ਜੁੜ ਜੂਗੀਆਂ, ਇਹ ਜੁੜਦੀਆਂ ਨਹੀਂ ਹੈਗੀਆਂ। ਭਾਵੇਂ ਤੁਸੀਂ ਉੱਪਰ ਦੀ ਉੱਪਰ ਰੱਖੀ ਜਾਓ ਇਹਨਾਂ ਨੂੰ, ਜਦੋਂ ਆਪਾਂ ਫਰਾਈ ਕਰਨਾ ਵਾ ਤਾਂ ਆਪਣੇ ਆਪਾਂ ਖਿੱਲਰ ਜਾਣੀਆਂ ਜਦੋਂ ਤੇਲ 'ਚ ਪਾਵਾਂਗੇ। ਇਸ ਤਰੀਕੇ ਨਾਲ ਸਾਰੀਆਂ ਆਪਾਂ ਕੱਟ ਕਰ ਲੈਣੀਆਂ ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਸਾਰੀਆਂ ਕੱਟ ਕਰਕੇ। ਜਿੱਦ ਪਈ ਆ ਕਹਿੰਦੀ ਮੈਂ ਵੀ ਮੰਮਾ ਕਟਿੰਗ ਕਰਨੀ ਹੈ, ਅਤੇ ਇਹ ਹੁਣ ਕਟਿੰਗ ਕਰਨ ਲੱਗੀ ਹੈ। ਵੱਡੀ 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 ਕਰੂੰਗੀ ਕਟਿੰਗ, ਚਲ ਕਰਦੇ ਰਹੂ ਹੈ ਨਾ, ਤੂੰ ਪੇੜਾ ਨਾ ਖਰਾਬ ਕਰਦੀ ਪੁੱਤ। ਬਸ 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 ਬਸ, ਬਹੁਤ ਸੋਹਣੀ ਕਰਤੀ, ਰਹਿੰਦੇ 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 ਰਹਿੰਦੇ, ਬਹੁਤ ਸੋਹਣੀ ਕਰਤੀ, ਰਹਿੰਦੇ ਰਹੂ ਨੋ। ਕੰਮੀ ਤੋਂ ਮੰਮਾ ਡਰਦੇ ਸੀ, ਕਾਤਾ ਕੰਮ ਯਾਰ, ਰਘੂ ਲੱਗੀ ਹੋਈ ਸੀਗੀ ਆਪਣੀ, ਪਤਾ ਨਹੀਂ ਕੋਈ ਇਰੇਜ਼ਰ ਵਾਲੀ ਸੀਗੀ ਇਹਦੀ ਟਰੇ ਜੀ, ਅਤੇ ਉਹਦੇ 'ਚ ਪਾਣੀ ਪਾ ਕੇ ਰੱਖਤਾ ਵਾ ਕਿ ਮੈਂ ਕਹਿੰਦੀ ਡਿਜ਼ਾਈਨਰ ਬਰਫ਼ ਜਮਾਉਣੀ ਹੈ। ਹਾਂ ਦੇਖੋ ਡਿਜ਼ਾਈਨਰ ਬਰਫ਼ ਜਮਾ ਲਈ ਇਹਨੇ, ਕੀ ਹੈ ਇਹ ਬਰਫ਼ ਨਹੀਂ, ਇਹ ਹੈ ਕਿਹੜੀ ਹੈ ਸ਼ੇਪ, ਕੀ ਹੈ ਇਹ ਡੱਕ, ਵਾਓ ਕੱਢ ਕੇ ਨਹੀਂ ਇੰਨੀ, ਹਜੇ ਪੁੱਤੇ ਕੱਚੀ ਆ, ਬਣੀ ਨਹੀਂ ਹੈਗੀ ਪੂਰੀ ਬਰਫ਼।
ਦਾ ਹੈ ਦਾ ਡਿਜ਼ਾਈਨ ਨਾ ਇੱਕ ਚੱਕ ਹੋਣੀ ਹੈ ਇਹ ਦੇਖੋ ਕੰਮ ਵੇਖ ਲਓ ਨਿਆਣਿਆਂ ਦੇ ਚਲੋ ਬਣ ਗਈ ਹੁਣ ਖਾਣੀ ਨਹੀਂ ਹੈਗੀ ਨਹੀਂ ਤਾਂ ਗਲਾ ਖਰਾਬ ਹੋ ਜੂ ਨਹੀਂ ਮੈਂ ਤਾਂ ਖਾਊਂਗੀ ਕਿੱਦਾਂ ਮੈਂ ਤਾਂ ਖਾਊਂਗੀ ਸੋ ਜੀ ਜਿਹੜੀ ਮਟਰੀ ਸੀ ਮੈਂ ਸਾਰੀ ਇਹ ਦੇਖੋ ਕੱਟ ਕਰ ਲਈ ਇਸ ਤਰੀਕੇ ਨਾਲ ਤੇ ਲਓ ਜੀ ਹੁਣ ਮੈਂ ਲੱਗੀ ਇਹਨੂੰ ਫਰਾਈ ਕਰਨ ਤੇ ਇਹਨੂੰ ਤੁਸੀਂ ਪੂਰੀ ਸਲੋ ਗੈਸ ਤੇ ਫਰਾਈ ਕਰਨਾ ਠੀਕ ਆ ਧਿਆਨ ਨਾਲ ਪਾਈਓ ਹੌਲੀ ਹੌਲੀ ਇਹ ਆਪ ਹੀ ਖੁੱਲ ਜਾਣੀ ਆ ਕੱਟੀਆਂ ਪਾ ਲਈਓ ਤੇ ਇਹਨਾਂ ਨੂੰ ਆਪਾਂ ਲਾਈ ਜਾਣਾ ਇਹ ਦੇਖੋ ਇਹ ਖੁੱਲ ਗਈਆਂ ਨਾ ਜੁੜੀਆਂ ਹੋਈਆਂ ਸੀਗੀਆਂ ਆਪਾਂ ਲੱਗਦਾ ਸੀ ਕਿ ਖੁੱਲੂ ਗਿਆ ਨਹੀਂ ਬਟ ਇਹ ਖੁੱਲ ਗਈਆਂ ਬਸ ਹੁਣ ਇਹਨਾਂ ਨੂੰ ਇਹ ਇਸੇ ਤਰੀਕੇ ਨਾਲ ਹੀ ਸਲੋ ਗੈਸ 'ਤੇ ਫਰਾਈ ਕਰੀ ਜਾਣਾ ਆਪਾਂ ਅਤੇ ਇਹਨਾਂ ਨੂੰ ਹਿਲਾਈ ਜਾਣਾ ਕਿ ਇਹਨਾਂ ਦਾ ਜਿਹੜਾ ਕਲਰ ਆ ਦੋਵੇਂ ਪਾਸੇ ਬਰਾਊਨ ਹੋਵੇ ਦੋ ਤਿੰਨ ਮਿੰਟ ਹੋ ਗਏ ਮੈਨੂੰ ਇਹਦਾ ਕਲਰ ਵੇਖੋ ਹਲਕਾ ਜਿਹਾ ਬਰਾਊਨ ਹੋਣ ਲੱਗ ਗਿਆ ਨਾ ਦੇਖੋ ਇਸੇ ਤਰੀਕੇ ਨਾਲ ਆਪਾਂ ਥੋੜ੍ਹਾ ਜਿਹਾ ਹੋਰ ਇਹਨੂੰ ਕਰ ਲੈਣਾ ਵਾ ਅਤੇ ਫਿਰ ਮੈਂ ਇਹਨੂੰ ਕੱਢ ਕੇ ਦਿਖਾਊਂਗੀ ਤੁਹਾਨੂੰ ਅਤੇ ਦੇਖੋ ਇਹ ਹੋ ਗਏ ਆ ਰੈਡੀ ਹੋ ਗਏ ਆਪਣੇ ਮਟਰ ਜਿਹੜੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਵੇਖਣ ਨੂੰ ਤਾਂ ਬਹੁਤ ਹੀ ਜ਼ਿਆਦਾ ਯੰਮੀ ਅਤੇ ਕ੍ਰਿਸਪੀ ਲੱਗੀ ਜਾਂਦੇ ਆ ਬਾਕੀ ਖਾਣ 'ਚ ਪਤਾ ਲੱਗੂਗਾ ਕਿ ਕਿਹੋ ਜਿਹੇ ਬਣੇ ਆ ਹੁਣ ਆਪਾਂ ਇਹਦਾ ਸਾਰਾ ਜਿਹੜਾ ਘਿਓ ਐਕਸਟਰਾ ਵਾ ਇਹਨੂੰ ਕੱਢ ਦਾਂਗੇ ਛਾਣ ਲਾਂਗੇ ਇਹਨੂੰ ਚੰਗੇ ਤਰੀਕੇ ਨਾਲ ਅਤੇ ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਾਂਗੇ ਇਹ ਦੇਖੋ ਕਿੰਨੇ ਵਧੀਆ ਲੱਗੀ ਜਾਂਦੇ ਆ ਇਸੇ ਤਰੀਕੇ ਨਾਲ ਮੈਂ ਸਾਰੀ ਮਟਰੀ ਤਿਆਰ ਕਰ ਲੈਂਦੀ ਹਾਂ ਅਤੇ ਤੁਹਾਨੂੰ ਦਿਖਾਉਂਦੀ ਹਾਂ ਫਿਰ ਲਓ ਜੀ ਸਾਰੀ ਜਿਹੜੀ ਆਪਣੇ ਮਟਰ ਆ ਉਹ ਰੈਡੀ ਹੋ ਚੁੱਕੇ ਆ ਇਹ ਵੇਖੋ ਇਹ ਦੇਖੋ ਅਤੇ ਬਹੁਤ ਹੀ ਜ਼ਿਆਦਾ ਵਧੀਆ ਬਣੇ ਆ ਦੇਖਣ ਨੂੰ ਹੀ ਤੁਹਾਨੂੰ ਪਤਾ ਲੱਗਦਾ ਹੋਊਗਾ ਅਤੇ ਹੁਣ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਦੀ ਹਾਂ ਕਿ ਇਹ ਕ੍ਰਿਸਪੀ ਵੀ ਹੈਗੇ ਆ ਗਰਮ ਬਹੁਤ ਹੈ ਇਹ ਅਤੇ ਇਹ ਦੇਖੋ ਇੱਕ ਮਟਰ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਦੀ ਹਾਂ ਇਹ ਦੇਖੋ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇ ਆ ਅਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਯੰਮੀ ਆ ਅਤੇ ਲਓ ਜੀ ਇਹੀ ਸੀ ਆਪਣਾ ਛੋਟਾ ਜਿਹਾ ਵਲੌਗ ਹੋਰ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਵੇ ਅਤੇ ਦੱਬ ਕੇ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਅਤੇ ਜਿਹੜੀ ਤੁਹਾਨੂੰ ਰੈਸਪੀ ਵਧੀਆ ਲੱਗਦੀ ਹੋਵੇ ਤੁਸੀਂ ਮੈਨੂੰ ਦੱਸੋ ਅਤੇ ਮੈਂ ਤੁਹਾਨੂੰ ਉਹੀ ਰੈਸਪੀ ਬਣਾ ਕੇ ਦਿਖਾਊਂਗੀ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ